ਇੱਕ ਥਾਣੇਦਾਰ ਸਾਹਿਬ ਦੀ ਘਰ ਵਾਲੀ ਕਹਿੰਦੀ ਥੋੜੇ ਵਾਲੇ ਉੱਪਰੋਂ ਬਣਾ ਲਿਆ ਕਰੋ, ਮਾੜੇ ਮੋਟੇ ਵੀਰ ਦਾ ਵਿਆਹ ਆ ਰਿਹਾ। ਉਹ ਕਹਿੰਦਾ ਭਾਗਵਾਨ ਨੇ ਅੱਜ ਕੱਲ੍ਹ ਥਾਂ ਥਾਂ 'ਤੇ ਕੈਮਰੇ ਲੱਗੇ ਆ, ਥਾਂ ਥਾਂ 'ਤੇ ਮੁਕਬਰ ਫਿਰਦੇ ਆ, ਪੁਲਿਸ ਵਾਲਿਆਂ ਨੂੰ ਫੜਾਉਣ ਨੂੰ ਤਾਂ ਲੋਕ ਪਹਿਲਾਂ ਹੀ ਕਾਲੇ ਹੁੰਦੇ ਆ। ਪਰ ਮੈਂ ਇੱਕ ਪੁਲਿਸ ਵਾਲਿਆਂ ਦੀ ਬਹੁਤ ਵਧੀਆ ਗੱਲ ਤੁਹਾਨੂੰ ਸੁਣਾਉਣੀ ਹੈ। ਇੱਕ ਥਾਣੇ ਦੇ ਵਿੱਚ 50 ਤੋਂ 60 ਮੁਲਾਜ਼ਮ ਹੁੰਦੇ ਆ, ਮਸਾਂ ਜ਼ੋਰ ਲਾ ਕੇ। ਉਸ ਥਾਣੇ ਨੂੰ ਕਈ ਵਾਰੀ 70-70 ਪਿੰਡ ਪੈਂਦੇ ਆ। ਜੇ ਪੰਜਾਬ ਪੁਲਿਸ ਨਾ ਹੋਵੇ, ਕਿਸੇ ਨੇ ਚੈਨੀ ਖੋ ਕੇ ਲੈ ਜਾਣੀ ਹੈ, ਕਿਸੇ ਨੇ ਮੋਬਾਈਲ ਖੋ ਕੇ ਲੈ ਜਾਣਾ, ਸੱਚੀ ਗੱਲ ਹੈ। ਆਪਾਂ ਸਾਰੇ ਘਰਾਂ 'ਚ ਦੀਵਾਲੀ ਦੁਸਹਿਰੇ ਰੱਖੜੀਆਂ ਮਨਾਉਂਦੇ ਹਾਂ, ਪਰ ਇਹ ਸਾਰੇ ਮੁਲਾਜ਼ਮ ਵਿਚਾਰੇ ਡਿਊਟੀ 'ਤੇ ਹੁੰਦੇ ਆ। ਇਹ ਸੱਚੀਆਂ ਗੱਲਾਂ, ਇਹਦੇ 'ਚ ਕੋਈ ਵੀ ਗੱਲ ਝੂਠ ਹੋਵੇ ਕੋਈ ਆ ਕੇ ਮੈਨੂੰ ਕਹਿ। ਕਈ ਵਾਰੀ ਘਰ 'ਚ ਪੈਰ ਪਾਉਂਦੇ ਆ, ਸਾਹਿਬ ਜੀ ਉਹ ਨਾਲ ਦੇ ਪਿੰਡ ਗੋਲੀ ਚੱਲ ਗਈ, ਉੱਥੇ ਕਤਲ ਹੋ ਗਿਆ, ਉਸੇ ਪੈਰੀ ਵਾਪਸ। ਜਦੋਂ ਮੀਂਹ ਹੁੰਦਾ ਵਿਚਾਰੇ ਡਿਊਟੀ 'ਤੇ ਹੁੰਦੇ, ਆਪਾਂ ਆਪਣੀਆਂ ਛਤਰੀਆਂ ਲੈ ਕੇ ਆਪਣੀਆਂ ਗੱਡੀਆਂ 'ਚ ਆਪਣੇ ਸਾਹਮਣੇ ਦੇਖਦੇ ਹੁੰਦੇ ਹਾਂ। ਸੋ ਇੱਕ ਵਾਰੀ ਪੰਜਾਬ ਪੁਲਿਸ ਲਈ ਜ਼ੋਰਦਾਰ ਤਾੜੀ ਮਾਰ ਦਿਓ। ਇਹ ਆਪਾਂ ਨੂੰ ਸੁਧਾਰ ਕੇ ਰੱਖਦੇ ਹਾਂ ਅਤੇ ਆਪਾਂ ਕੱਖ ਨਹੀਂ ਸੀ ਛੱਡਣਾ। ਸੋ ਟੌਰ ਪੂਰੀ ਕੱਢ ਕੇ ਵਿਖਾਓ ਥਾਣੇਦਾਰ ਨੀ, ਮਜਬੂਰੀ ਗੀਤ ਤੁਹਾਡੀ ਨਜ਼ਰ। ਮੈਂ ਅਤੇ ਮੈਡਮ ਹੁਸਨਪ੍ਰੀਤ, ਬਾਈ ਕੇਸਰ ਕੁਮਾਨ ਦੀ ਰਚਨਾ, ਸੁਣਨ ਵਾਲਾ ਇਕੱਲਾ ਇਕੱਲਾ ਬੋਲ, ਥਾਣੇਦਾਰ ਤੁਹਾਡੀ ਨਜ਼ਰ, ਮਜਬੂਰੀ ਗੀਤ। ਹਾਂਜੀ ਟੌਰ ਪੂਰ ਕੱਢ ਕੇ ਵਿਖਾਓ ਥਾਣੇਦਾਰ ਨੀ, ਵੇ ਕਰਦੇ ਡਿਮਾਂਡ ਤੈਨੂੰ ਪਊ ਸਵੀਕਾਰਨੀ। ਅਗਲੇ ਮਹੀਨੇ ਮੇਰੇ ਵੀਰ ਦਾ ਵਿਆਹ, ਕਹਿੰਦੀ ਅਗਲੇ ਮਹੀਨੇ ਮੇਰੇ ਵੀਰ ਦਾ ਵਿਆਹ, ਕਹਿੰਦੀ ਜਿਹੜੀ ਮੈਂ ਖਰਚਾ ਨਾ ਖੁੱਲ੍ਹਾ ਹੱਥ ਰੱਖ ਕੇ ਕਰਨਾ। ਜੇ ਤੇਰੇ ਵੀਰ ਦਾ ਵਿਆਹ, ਆਪਾਂ ਮੈਨੂੰ ਪੈਨਸ਼ਨ ਹੀ ਦਵਾ ਦਿੰਦੇ ਹਾਂ ਭਾਜੀ ਨੂੰ ਕਹਿ ਕੇ। ਹਾਲੇ ਮੈਂ ਪੈਨਸ਼ਨ ਲੈਵਲ 'ਤੇ ਪਹੁੰਚੀ ਨਹੀਂ। ਆਹੋ ਮਸਾਂ 35 ਸਾਲ ਦਾ ਹਾਲੇ। ਉਹ ਸੁਣੀ ਸੱਚ ਦੱਸੇ ਮਜਬੂਰੀ ਥਾਣੇਦਾਰ ਨੀ, ਵਿਜੀਲੈਂਸ ਅੱਜ ਕੱਲ ਹੋਈ ਪੱਬਾਂ ਭਾਰਨੀ। ਸੁਣੀ ਸੱਚ ਦੱਸੇ ਮਜਬੂਰੀ ਥਾਣੇਦਾਰ ਨੀ, ਵਿਜੀਲੈਂਸ ਹੋਈ ਅੱਜ ਕੱਲ ਪੱਬਾਂ ਭਾਰਨੀ। ਢੱਕ ਦਿੰਦੇ ਮੂੰਹ ਜਦੋਂ ਰੰਗੇ ਹੱਥੀ ਫੜਦੇ ਨੇ, ਢੱਕ ਦਿੰਦੇ ਮੂੰਹ ਜਦੋਂ ਰੰਗੇ ਹੱਥੀ ਫੜਦੇ ਨੇ, ਘਰ ਦੇ ਲਿਹਾਜ਼ ਨਾਲ ਰਿਪੋਰਟ ਫਾਰੇ। ਮੀਡੀਆ ਵਾਲੇ ਵੀ ਲੈਂਦੇ ਰੱਜ ਕੇ ਸਵਾਦ, ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ। ਮੀਡੀਆ ਵਾਲੇ ਵੀ ਲੈਂਦੇ ਰੱਜ ਕੇ ਸਵਾਦ, ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ, ਰਿਪੀਟ ਕਰਦੇ, ਰਿਪੀਟ ਕਰਦੇ, ਰਿਪੀਟ ਕਰਦੇ।
ਉਹ ਸੁਣੀ ਸੱਚ ਦੱਸੇ ਮਜਬੂਰੀ ਥਾਣੇਦਾਰ ਨੀ ਵਿਜੀਲੈਂਸ ਅੱਜ ਕੱਲ ਹੋਈ ਪੱਪਾ ਭਾਰ ਨੀ ਉਹ ਸੁਣੀ ਸੱਚ ਦੱਸੇ ਮਜਬੂਰੀ ਥਾਣੇਦਾਰ ਨੀ ਵਿਜੀਲੈਂਸ ਅੱਜ ਕੱਲ ਹੋਈ ਪੱਪਾ ਭਾਰ ਨੀ ਢੱਕ ਦਿੰਦੇ ਮੂੰਹ ਜਦੋਂ ਰੰਗੇ ਹੱਥੀ ਫੜਦੇ ਨੇ ਢੱਕ ਦਿੰਦੇ ਮੂੰਹ ਜਦੋਂ ਰੰਗੇ ਹੱਥੀ ਫੜਦੇ ਨੇ ਕਰਦੇ ਲਿਹਾਜ਼ ਨਾਲ ਰਿਪੋਰਟ ਪਰ ਮੀਡੀਆ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਚੈਨਲਾਂ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਕੇ ਰਿਪੀਟ ਕਰਦੇ ਰਿਪੀਟ ਕਰਕੇ ਰਿਪੀਟ ਕਰਦੇ ਆਜੋ ਗੋਨੀ ਭਲਵਾਨ ਜੀ ਨੂੰ ਪੁੱਛੋ ਵੱਡੇ ਵੱਡੇ ਬੰਦੇ ਕੀ ਕੀ ਕਰਦੇ ਮੇਰੇ ਵਾਂਗੂ ਵਿਚਾਰਾ ਪਤਲਾ ਹੀ ਹੋ ਜਾਂਦਾ ਦਿਨ ਸਾਡਾ ਵੀਰ ਇੰਟਰਨੈਸ਼ਨਲ ਕੋਈ ਨੀ ਇਹਨਾਂ ਨੂੰ ਕਿਲੋ ਘਿਓ ਭੇਜ ਦਾਂਗੇ ਆਪਾਂ ਟੈਨਸ਼ਨ ਨਾ ਲਓ ਛਿੰਦਾ ਜੀ ਘਿਓ ਭੇਜਦੇ ਹੁੰਦੇ ਆ ਗੋਨੀ ਭਾਈ ਫੋਨ ਦੀ ਰਿਕਾਰਡਿੰਗ ਤੇ ਕੈਮਰੇ ਦੀ ਅੱਖ ਨੀ ਫਸ ਜਾਂਦਾ ਬੰਦਾ ਭਾਵੇ ਹੀਲੇ ਕਰੇ ਲੱਖ ਨੀ ਹਾਂ ਹੀਲੇ ਕਰੇ ਲੱਖ ਨੀ ਫੋਨ ਦੀ ਰਿਕਾਰਡਿੰਗ ਤੇ ਕੈਮਰੇ ਦੀ ਅੱਖ ਨੀ ਫਸ ਜਾਂਦਾ ਬੰਦਾ ਭਾਵੇ ਹੀਲੇ ਕਰੇ ਲੱਖ ਨੀ ਹਾਂ ਹੀਲੇ ਕਰੇ ਲੱਖ ਨੀ ਕਿਹੜਾ ਕਿਹੜਾ ਫਸਿਆ ਲਿਸਟ ਬੜੀ ਲੰਬੀ ਕਿਹੜਾ ਕਿਹੜਾ ਫਸਿਆ ਲਿਸਟ ਬੜੀ ਲੰਬੀ ਭਗੜ ਬਿਲੇ ਵੀ ਹੋਏ ਬੇਪਰ ਦੇ ਚੈਨਲਾਂ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਮੀਡੀਆ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਰਿਪੀਟ ਕਰਦੇ ਰਿਪੀਟ ਕਰਦੇ
ਛੇਤੀ ਇੰਨੀ ਵੇਖਣ ਜੋਸੀ ਕਿੱਥੇ ਹੁੰਦੀ ਆ ਚੱਜ ਲੈ ਕਵਿੰਦਰ ਬਲੌਂਦ ਮੋਟੀ ਕੁੰਡੀਆਂ ਦਿਲ ਸਮਝਾਉਣਾ ਪੈਂਦਾ ਹੈ ਜੇ ਮਜਬੂਰੀ ਦਿਲ ਸਮਝਾਉਣਾ ਪੈਂਦਾ ਹੈ ਜੇ ਮਜਬੂਰੀ ਨੌਕਰੀ ਦੀ ਬਦਲ ਤਿਆਰ ਪੱਕ ਕੇ ਮੱਟ ਗਈ ਸਾਮੀ ਇੱਕ ਹੋਰ ਡੁੱਗ ਲਈ ਉਹਦੀ ਮਹਿੰਗਾਈ ਵੇ ਓਏ ਮੱਟ ਗਈ ਸਾਮੀ ਇੱਕ ਹੋਰ ਡੁੱਗ ਲਈ ਉਹਦੀ ਮਹਿੰਗਾਈ ਵੇ ਸਪੀਡ ਚੱਕ ਕੇ ਮੱਟ ਗਈ ਸਾਮੀ ਇੱਕ ਹੋਰ ਡੁੱਗ ਲਈ ਮੀਡੀਆ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਚੈਨਲਾਂ ਵਾਲੇ ਵੀ ਲੈਂਦੇ ਰੱਜ ਕੇ ਸਵਾਦ ਵਾਰ ਵਾਰ ਫੋਟੋ ਨੂੰ ਰਿਪੀਟ ਕਰਦੇ ਰਿਪੀਟ ਕਰਕੇ ਰਿਪੀਟ ਕਰਦੇ